ਤੇ ਵਧਾਂਗੇ ਅੱਗੇ ਲੋਕ ਸਭਾ ਹਲਕਾ ਬਠਿੰਡਾ ਤੋਂ ਤੀਜੀ ਵਾਰ ਜਿੱਤ ਹਾਸਲ ਕਰਨ ਅਤੇ ਕੇਂਦਰੀ ਮੰਤਰੀ ਦੀ ਖੁਸ਼ੀ ਵਿੱਚ ਹਰਸਿਮਰਤ ਕੌਰ ਬਾਦਲ ਵੱਲੋਂ ਸਿੱਖ ਕੌਮ ਦੇ ਜੱਥੇ ਚੌਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੇ ਵਿੱਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਜਿੱਥੇ ਹਰਸਿਮਰਤ ਕੌਰ ਬਾਦਲ ਆਪਣੇ ਸੰਬੋਧਨ ਦੌਰਾਨ ਕਾਫ਼ੀ ਭਾਵੁਕ ਹੋ ਗਏ, ਉੱਥੇ ਹੀ ਉਹਨਾਂ ਹਲਕੇ ਵਿੱਚ ਹੋਰ ਵਿਕਾਸ ਤੇਜ਼ ਕਰਨ ਦਾ ਵਾਅਦਾ ਵੀ ਕੀਤਾ। ਲੜਾਈ ਲੜਨ ਦਾ ਫੈਸਲਾ ਕੀਤਾ ਤੇ ਮੈਂ ਸ਼ੁਕਰਾਨਾ ਕਰਦੀ ਹਾਂ ਕਿ ਇਸ ਲੜਾਈ ਵਿੱਚ ਤੁਸੀਂ ਸਾਥ ਦਿੱਤਾ। ਇਹ ਲੜਾਈ ਤੁਹਾਡੀ ਸੀ, ਟੱਕਰ ਬਹੁਤ ਸੀ ਤੁਹਾਡੇ ਉੱਤੇ। ਮੈਂ ਸਮਝ ਸਕਦੀ ਹਾਂ ਕਿ ਛੋਟੇ ਵਰਕਰ ਹੋਣ ਦੇ ਨਾਤੇ ਕਿਹੋ ਦਾ ਜ਼ੋਰ, ਕਿਹੋ ਦਾ ਸਬਰ, ਇੱਥੇ ਤਾਂ ਗੋਲੀਆਂ ਤਾਂ ਹੀ ਚੱਲ ਗਈਆਂ ਤੇ ਤੁਹਾਨੂੰ ਤਾਂ ਲੱਗਦਾ ਹੀ ਨਾ। ਲੇਕਿਨ ਧੰਨਵਾਦ ਗੁਰੂ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਦੋਨਾਂ ਨੂੰ ਸਾਰੇ